सरसे जिले की हो रही है एक पास जी भाई जी अस्सीकाल जी थोड़ी जी नेटवर्क ਪਤਾ ਆ ਗਈ ਸੀ ਦਿੱਕਤ ਵੀਰੇ ਬਿਲਕੁਲ ਹੀ ਬਲੌਕ ਹੋ ਗਿਆ ਸੀ ਨੈਟਵਰਕ ਜੀ ਮਾਫੀ ਚਾਹੁੰਦੇ ਆ ਨੈਟਵਰਕ ਦੀ ਥੋੜੀ ਜੀ ਆ ਗਈ ਜਿਆਦਾ ਪ੍ਰੋਬਲਮ ਬਈ ਉਹਦੇ ਕਰਕੇ ਲਾਈਵ ਕੱਟ ਗਿਆ ਸੀ ਮਾਫੀ ਚਾਹੁੰਦੇ ਆ ਜੀ ਮੈਚ ਬਹੁਤ ਤਕੜਾ ਬਈ ਪੰਜ ਚਾਰ ਸਕੋਰ ਆ ਮੇਰੇ ਹਾਲ ਨਾਲ ਜੀ ਨੈਟਵਰਕ ਬਿਲਕੁਲ ਹੀ ਬਲੌਕ ਹੋ ਗਿਆ ਸੀ ਵੀਰੇ ਉਹਦੇ ਕਰਕੇ ਲਾਈਵ ਜਿਹੜਾ ਆਪਣਾ ਬੰਦ ਹੋ ਗਿਆ ਸੀ ਨੈਟਵਰਕ ਬਲੌਕ ਹੋ ਗਿਆ ਸੀ ਵੀਰੇ ਦੱਸ ਕਿਹੜੀ ਗੱਲ ਦਾ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਨੇ ਆ ਹੈਪੀ ਸਾਡਾ ਭਰਾ ਕਹਿੰਦਾ ਰੱਤੇ ਖੇਡ ਵਾਲਾ ਗੁੱਸੇ ਖੇਡ ਵਾਲਾ ਟਾਈਆਂ ਪੈਣਗੀਆਂ ਵੀਰੇ ਸੁਖਚੈਨ ਇੱਕ ਟੀਮ ਲੋਨ ਦੀ ਚਲੀ ਗਈ ਸੈਮੀ ਚ ਇੱਕ ਚਾਂਗਲੀ ਚਲੀ ਗਈ ਦੋ ਚੱਲੀ ਜਾਂਦੇ ਮੈਚ ਵੀਰੇ ਮਾਨ ਬੋਲਿਆ ਸੀਗਾ ਭਾਈ ਕਹਿੰਦਾ ਹੁਣ ਜਿਹੜਾ ਵੀ ਸਭ ਤੋਂ ਪਹਿਲਾਂ ਕੋਈ ਵੱਡਾ ਟੂਰਨਾਮੈਂਟ ਆਵੇਗਾ ਉਸੇ ਟੂਰਨਾਮੈਂਟ ਤੇ ਆਪਾਂ ਪ੍ਰਥੀ ਸਾਡੇ ਭਰਾ ਦਾ ਸਨਮਾਨ 11,000 ਦੀ ਨਗਦ ਰਾਸ਼ੀ ਦੇ ਨਾਲ ਕਰ ਦੇਵਾਂਗੇ ਸਕੋਰ ਕਿੰਨੇ ਆ ਸਕੋਰ ਬਾਈ ਸਕੋਰ 7-4 ਸਕੋਰ ਆ ਜੀ 7 ਦਿਲਪ੍ਰੀਤ ਕਲੱਬ ਬਲੋਟ 4 ਸਕੋਰ ਅੰਗਰੇਜ਼ ਦੇ ਬਾਈ ਪਰਥੀ ਨਾਗਰੇ ਦੇ 4 ਸਕੋਰ ਆ ਬਾਈ ਹੈਲੋ ਕਿਦਾਂ ਸੀ ਆਪਣੇ ਵੀਰੇ ਕਿੰਨੇ ਹੋ ਗਿਆ ਨੰਬਰ 6 ਤੇ 2 3 ਲੈ ਵੀਰੇ 6 ਨੰਬਰ ਨੇ ਜੋਧਪੁਰ ਦੀ ਟੀਮ ਅੰਕਿਤ ਹਾਰ ਗਿਆ ਤਾਂ ਬਲੋਟ ਸੇ ਬਈ 3 ਨੰਬਰ ਮੈਂ ਤੱਕ ਮੈਂ ਖੇਡ ਦੇ ਗਰਾਊਂਡ ਦੇ ਵਿੱਚ ਅੰਕਿਤ ਬਲੋਟ ਸੇ ਹਾਰ ਗਿਆ ਤਾਂ ਬਈ ਆਪਣੇ ਨਾਲ ਜੋਬਨ ਮੋਹਲੀ ਵਾਲਾ ਨੈਟ ਤੇ ਨਵਾਬ ਆ ਮਨਜੋਤ ਬਈ ਚੋਟੀ ਸਾਡਾ ਵੀਰ ਕਹਿੰਦਾ ਜਿਹੜਾ ਮੁੰਡਾ ਖੇਡਦਾ ਗੰਡਾਸੀ ਤੇ ਨਾਲ ਮੋਹਿਤ ਸਾਡਾ ਵੀਰ ਦੋਨੇ ਭਰਾਵਾਂ ਦਾ ਸਨਮਾਨ ਕਹਿੰਦੇ ਵੀ ਆਪਾਂ 8-8 ਤੋੜਿਆਂ ਦੇ ਚਾਂਦੀ ਦੇ ਕੜੇ ਨਾਲ ਕਰ ਦਿਆਂਗੇ ਜੇ ਮੁੰਡੇ ਅੱਜ ਫਾਈਨਲ ਜਿੱਤਦੇ ਆ ਵਾਹ ਜੀ ਵਾਹ ਗੱਲਬਾਤ ਕਦੇ ਵੱਡੀ ਆ ਪਰ ਸਾਹਮਣੇ ਕਹਿੰਦੇ ਆ ਉਹ ਤੋੜਾ ਬਾਬਾ ਜੀ ਕਮਾਲ ਕਦੇ ਕਰ ਗਿਆ ਵੀ ਦਿਨ ਵੀ ਭੁੱਲੀਏ ਨਾ ਜਦੋਂ ਸਾਈਕਲ ਰਵੀ ਹਾਰ ਗਿਆ ਵੀਰੇ ਚੰਗਲੀ ਤੋਂ ਹਾਰ ਗਿਆ ਰਵੀ ਜੀ ਆਪਣੀ ਟੀਮ ਤੋਂ ਹਾਰ ਗਿਆ ਬਾਈ ਅੱਜ ਕਰਾਤੀ ਬੱਲੇ ਬੱਲੇ ਕੁਆਟਰ ਮੈਚ ਰੱਜੇ ਹੋਈਏ ਆਤ ਔਰ ਧੁੱਖਾ ਲੱਗੇ ਹਰ ਕੋਈ ਆ ਹੱਥ ਸਨਮਾਨੀਏ ਨੇ ਲੱਗਣੇ ਨਹੀਂ ਚਾਹੀਦੇ ਆ ਵੀ ਦੋ ਚੀਜ਼ਾਂ ਬੰਦੇ ਨੂੰ ਔਰ ਮਾਰਨੇ ਪੈਂਦੀਆਂ ਵੀ ਪੈਰ ਤੇ ਅਸੂਲ ਕਦੇ ਛੱਡਣੇ ਨਹੀਂ ਚਾਹੀਦੇ ਆ ਦੋ ਚੀਜ਼ਾਂ ਬੰਦੇ ਨੂੰ ਮਾਰਨੇ ਪੈਂਦੇ ਆ ਲਓ ਸਾਹਮਣੇ 3 ਜਿਹੜੇ ਨੰਬਰ ਨੇ ਆ ਬਾਬਾ ਲੁਧਾਣਾ ਦੀ ਟੀਮ ਦੇ ਆ ਤੇ 6 ਨੰਬਰ ਜੋਧਪੁਰ ਵਾਲੇ ਭਰਾਵਾਂ ਦੇ ਆ ਸਹੀ ਆ ਮਨਜੋਤ ਵੀਰੇ ਬਹੁਤ ਸੋਹਣਾ ਖੇਡਦਾ ਮੁੰਡਾ ਉਹ ਮੇਰੇ ਮਿੱਤਰੋ ਕੌਣ ਕਰਦਾ ਭਾਜੀ ਚੋਟੀ ਸਾਡਾ ਵੀਰ ਜਿੱਥੇ ਵੀ ਆਵਾਜ਼ ਸੁਣਦਾ ਤੇ ਆਰਿਫ ਭਰਾ ਜੀ ਨਾਲ ਆ ਕੇ ਜ਼ਰੂਰ ਮਿਲੇ ਚੋਟੀ ਸਾਡਾ ਵੀਰ ਆ ਕੇ ਆਰਿਫ ਭਾਈ ਨਾਲ ਜ਼ਰੂਰ ਕੰਟੈਕਟ ਕਰੇ ਚੋਟੀ ਸਾਡੇ ਭਰਾ ਨੂੰ ਮੇਰੀ ਬੇਨਤੀ ਹੈ ਜਿੱਥੇ ਵੀ ਵੀਰ ਸਾਡਾ ਆਵਾਜ਼ ਸੁਣਦਾ ਕਿੰਨੇ ਹੋ ਗਏ 5-7 6-7 8-7 ਸਕੋਰ ਆ ਵੀਰੇ 8 ਅੰਗਰੇਜ਼ 7 ਬਾਲੋਟ ਛੋਟੂ ਮਾਜਰੇ ਦਾ ਮੈਚ ਹੀ ਆ ਸਾਹਮਣੇ ਬਈ ਦੇਖੋ ਅੰਗਰੇਜ਼ ਕੇ ਸਾਥ ਜੀ ਅੰਗਰੇਜ਼ ਦੇ ਪਰਥੀ ਨਾਗਰ ਦੇ 8 ਆ ਛੋਟੂ ਮਾਜਰੇ ਦੇ 7 ਆ ਬਈ ਉਹ ਪੱਲੇ ਆ ਵਾਹ ਉਹ ਬੇਲਦਾਰ ਆ ਮੁੰਡਾ ਕਹਿੰਦੇ ਜੋਧ ਪ੍ਰਿਆ ਤੈਨੂੰ ਉਹ ਪਤਾ ਸੈੱਟ ਆ ਜਮਾ ਪੂਰਾ ਫਿਰ ਪਾਇਆ ਕਹਿੰਦੇ ਬੜੇ ਆ ਨਿੱਕੇ ਜੇ ਸੁਭਾਅ ਦਾ ਮਾਲਕ ਆ ਬੜਾ ਜੱਸਾ ਨਹੀਂ ਆਇਆ ਅਮਰਪਾਲ ਗੱਲ ਵੀਰੇ ਨਹੀਂ ਆਇਆ ਜੀ ਜੱਸਾ ਸਾਹਮਣੇ ਕਦੇ ਕਮਾਲ ਕਰ ਗਿਆ ਭਾਜੀ ਨੰਬਰ 7 ਹੋ ਗਿਆ ਚੇਂਜ ਹੀ ਹੋਈ ਹੈ ਦੋਸਤ ਮੈਨੂੰ ਵੀ ਪਲਾਨ ਚਾਹ ਰਿਹਾ 6 ਤੇ 3 ਹੀ ਆ ਨਾ ਚਾਹ ਹੈਗੀ ਤਾਂ ਪਾ ਦੇ ਲੈ ਆਈ ਬਾਈ ਦਾ ਨੀਦੇ ਵਾਲਾ ਸਾਡੇ ਕੇ ਕੇ ਲੋਕ ਦੇ ਅੰਦਰ ਤੋਂ ਬਾਹਰ ਆ ਕੇ ਰੋਕੀ ਆ ਨਾ
प्रधान के पिंड 2 दसंबर को अटूना मैं 2 दसंबर वीरे पॉइंट वीरे मेरे हिसाब नाल तां जी 9-7 साइडां दीआं जा वीरे 9 अंग्रेज 7 बलोट थैंक यू जी बहुत बहुत तुसीं ਹੋਰ ਕੀਦੇ ਨਾਲ ਸੋਚ ਨਹੀਂ ਐਂਟਰੀ ਹੈਗੀ ਹੋਰ ਚੀਜ਼ ਮਰਜ਼ੀ ਹੋਰ हेलो भाई जी पवन साडा वीर जिथे वास सुनदा के आ रहे साडे भरा नाल जरूर कॉन्टैक्ट करे मेरी बेनती है नाल ही उधर सैंडी हुड्डा साडा वीर ओ भी कने विशेष तौर ते लाइव कने जुड़िया होया बहुत वड्डा धन्नवाद करदे आ वी सैंडी हुड्डा वी लोकी चाहुंदे आ सैंडी हुड्डा नु तूफानी गेम करके हुड्डे ने गभरू गए दूर दूर चर्चे लाई वाले पुछदे कमेंट करके भी सैंडी हुड्डा आया कि नहीं है दसी बाई मन के लाई वाले पुछदे लोकी कमेंट करके भी सैंडी हुड्डा आया कि नहीं है दस्यो बाई मन के सैंडी हुड्डा ने भी चर्चे कहने दूर दराडे हुंदे आ ਉਧਰ 3 ਤਰੀਕ ਲਲਾਣੀ ਦਾ ਵੱਡਾ ਕਹਿੰਦੇ ਮੀਡੀਆ ਦਾ ਮੇਲਾ ਭੱਜਿਆ ਤੁਰਿਆ ਆਉਂਦਾ ਪ੍ਰਦੀਪ ਕਰ ਦਿਆਂਗੇ ਵੇਟ ਕਰੋ ਵੇਟ ਵੀਰੇ ਵੀਡੀਓ ਕੇ ਕਰਾਂਗੇ ਜੀ ਵੱਡੀਆਂ ਕਹਿੰਦੇ ਰੌਣਕਾਂ ਲੱਗਣੀਆਂ ਵੱਡੇ ਪਾਈ ਦੀ ਮਿੰਟੂ ਗੁਰੂਸਰ ਦੇ ਪਿੰਡ ਥੋੜੀਆਂ ਕਹਿੰਦੇ ਗੱਲਾਂ ਡਾਕੂਆਂ ਦੇ ਮੁੰਡਿਆਂ ਦੇ ਪਿੰਡ ਦੇ ਵਿੱਚ ਵੱਡਾ ਮੇਲਾ ਕਹਿੰਦੇ ਹੋਣਾ ਬਾਈ ਉਧਰ ਕਿੰਨੇ ਨੰਬਰ ਹੋ ਗਏ 7 ਜਾਂ 6 ਤੇ ਦੱਸੋ ਜੀ ਗਰਾਊਂਡ ਨੰਬਰ ਵੀਰੇ 3 ਦੇ ਵੀ ਪੁਆਇੰਟ ਤਾਂ ਜ਼ਰੂਰ ਸਾਂਝੇ ਕਰ ਦਿਓ ਤਿੰਨ ਨੰਬਰ ਗਰਾਊਂਡ ਦੇ ਵਿੱਚ ਵੀ ਮੈਚ ਬਹੁਤ ਟੋਟੇ ਦਾ ਖੇਡਾ ਜਾ ਰਿਹਾ ਦਿਲਸਾਧ ਠੀਕ ਹੈ ਜੀ ਮੈਂ ਵੀ 7 ਨੰਬਰ ਆ ਜਿਹੜੇ ਟਾਈਆਂ ਪਹਿਣੀਆਂ ਪ੍ਰੀਤਮਾਨ ਕੈਨੇਡਾ ਸੈਮੀ ਦੀਆਂ ਟਾਈਆਂ ਪਹਿਣੀਆਂ ਆਪਾਂ ਸੈਮੀ ਤਾਂ ਬਈ ਔਰ 10 ਨੰਬਰ ਆ ਜਿਹੜੇ ਵਿੱਕੀ ਸਾਡਾ ਭਰਾ ਜਗਸਿਆ ਇੰਗਲੈਂਡ ਦੇ ਵਿੱਚ ਵੱਡੇ ਥਾਪੜਿਆ ਮਰਦਾੜੀ ਦੀ ਟੀਮ ਦੇ ਲਈ ਹੈ 10 ਨੰਬਰ ਜਿਹੜੇ ਮਰਦਾ ਹਿੰਦੀ ਦੀ ਟੀਮ ਦੇ ਆ 7 ਦੇ 10 ਦਾ ਮੁਕਾਬਲਾ ਹੈ ਪਰ ਇਧਰਲੇ ਪਾਸੇ ਹੁਣ ਮਾਜਰੇ ਵਾਲਾ ਸੈਂਟਰ ਦੇ ਵਿੱਚ ਆ ਚੁੱਕਿਆ ਹੈ ਜਿੰਨਾ ਟਾਈਮ ਇਹ ਗਰਾਊਂਡੋਂ ਬਾਹਰ ਨਹੀਂ ਹੁੰਦਾ ਤੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਇਹਨੇ ਕਰ ਕੀ ਦੇਣਾ ਹੈ ਕਲੱਬਾਂ ਦੇ ਵਿੱਚ ਸਰਦਾਰ ਨਿਰਮਲ ਸਿੰਘ ਬਰਾੜ ਦਾ ਬੇਟਾ ਸਾਡਾ ਭਰਾ ਜ਼ਿੰਦਗੀ ਦਾ ਰੰਗਲਾ ਸੱਜਣ ਹੈ ਮੈਚ ਹੋ ਰਿਹਾ ਕਬਰਤਨ ਪਿੰਡ ਨੇੜੇ ਕੈਥਲ ਜੀ ਬਾਹ ਜਿਹੜਾ ਉਹ ਵੀ ਲਾਈਵ ਤੇ ਆਇਆ ਹੋਇਆ ਹੈ ਭੁੱਲ ਹੀ ਗਿਆ ਪਿੰਦਰੀ ਜਮਈ ਸਰਦਾਰ ਕਰਦਾ ਪਿੰਦਰੀ ਜੌਂਟੀ ਦੇ ਮੂਵ ਵੀ ਲਵਾਉਣੀ ਪਊ ਆਪਾਂ ਨੂੰ ਉਹ ਵੀ ਅੱਜ ਦੇ ਸਖੇ ਟੂਰਨਾਮੈਂਟ ਪਿੰਦਰੀ ਆ ਰਹੀ ਸੀ ਬਾਈ ਬਾਲ ਲੋੜ ਸੀ ਜੀ ਕੈਨੇਡਾ ਵਾਲਾ ਕਹਿ ਰਿਹਾ ਜਾਂ ਅਕਲੀਏ ਵਾਲਾ ਕਹੀਏ ਤੇ ਗੱਲ ਜਿਹੜੀ ਫੇਰ ਟਿਕਾਣੇ ਲੱਗਦੀ ਆ ਪਈਆਂ ਦੇ ਜੌਂਟੀ ਦੇ ਨਾਲ ਮੁੰਡੇ ਦਾ ਕਦੇ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਲੈ ਵੀ 10 ਪਿੰਦਰੀ ਆ ਉਹ ਸਕੀਮ ਕੀ ਲਾਉਣੀ ਆ ਜੌਂਟੀ ਦੇ ਆ ਅੱਜ ਜੋਧਪੁਰੀਆ ਦੀ ਟੀਮ ਦੇ ਲਈ ਖੇਡੀ ਤੁਰਿਆ ਆਉਂਦਾ ਹੈ ਗਰਾਊਂਡ ਨੰਬਰ 2 ਦੇ ਵਿੱਚ ਹੈਪੀ ਕਿੰਨੇ ਕਿੰਨੇ ਪੁਆਇੰਟ ਆ ਨੰਬਰ ਵੀ ਦੱਸਦੀ ਮੇਰਾ ਵੀਰ ਲੈ 8 ਤੇ 4 ਨੰਬਰ ਹੋ ਗਏ ਨੇ ਵੀ ਵਾਜੀ 8 ਨੰਬਰ ਨੇ ਜੋਧਪੁਰੀਆ ਦੇ ਭਰਾਵਾਂ ਦੇ ਤੇ 4 ਨੰਬਰ ਨੇ ਦਾਦਾ ਲੋਦਾਣਾ ਦੀ ਟੀਮ ਦੇ ਆ ਫਰਕ ਅੱਧੋ ਅੱਧਾ ਪੈ ਗਿਆ ਕੋੜਾ ਬੰਦਾ ਜੀ ਜੇ ਸਮਾਂ ਬੀਤ ਗਿਆ ਤੇ ਫੇਰ ਇਕੱਲਾ ਪਛਤਾਉਣਾ ਰਹਿ ਜਾਣਾ ਹੈ ਹੁਣ ਕਹਿੰਦੇ ਆ ਉਹ ਮੋਦੀ ਨੂੰ ਜਾ ਪਰ ਫਿਰ ਕੰਦਾਸੀ ਨੂੰ ਆ ਵੀ ਲੜਾਈ ਆਰ ਪਾਰ ਦੀ ਆ ਆ ਕਦੇ ਮਰਨੀ ਪੈਣੀ ਆ ਦੋਨੇ ਕਦੇ ਚੋਟੀ ਦੀਆਂ ਟਿਕਾਣੇ ਆ ਵੀ ਗੱਡਿਆਂ ਨੇ ਵਿਚਾਲੀ ਨੱਟ ਪਾਈਆਂ ਨੇ ਦੋ ਪੰਡੀਆਂ ਆ ਬਾਹਰ ਬੈਠੇ ਲੋਕੀ ਆ ਗੱਲਾਂ ਕਰਦੇ ਵੀ ਟੀਮਾਂ ਦੋਨੇ ਚੰਗੀਆਂ
मुंडा पीर खेड़े वाला नौ हो गए ना वीर नौ ते चार लगे उन्नीया का मैच है दस ते साइड चेंज हो रही है नौ जेडे नंबर हो गया खेड़ दे ग्राउंड दे विच कमाल कर गया नंबर अपनी टीम लाई जोड़ गया शूटिंग हरियाणा किन्नी हो गया स्कोर दसो जी नहीं नहीं गुरसिमर लंडा बरे क्वार्टर मैच है जी क्वार्टर दो टीम सैमी च दो क्वार्टर चली जाते भाई ਜੋਤੀ ਉਧਰ ਰਮਨ ਵਾਲੇ ਪਾਸੇ ਦੱਸੋ ਨੰਬਰ ਕਿੰਨੇ ਹੋ ਗਿਆ ਦੋ ਨੰਬਰ ਗਰਾਊਂਡ ਵਾਲੇ ਪਾਸੇ ਜਿਹੜਾ ਅੱਠ ਗਿਆਰਾਂ ਇੱਧਰ ਜਾਂ ਸੱਤ ਗਿਆਰਾਂ ਵੀਰੇ ਪੁੱਛੇ ਨੀ ਅੱਠ ਗਿਆਰਾਂ ਅੱਠ ਤੇ ਗਿਆਰਾਂ ਅੱਠ ਨੰਬਰ ਆ ਜੀ ਬਲੋਟ ਦੀ ਟੀਮ ਦੇ ਦਿਲਪ੍ਰੀ ਦੇ ਗਿੱਲ ਸਾਡਾ ਵੀਰ ਕੈਨੇਡਾ ਦੇ ਵਿੱਚ ਹੈ ਔਰ ਭਰਾ ਦੇ ਵੱਡੇ ਥਾਪੜੇ ਨੇ ਟੀਮ ਦੇ ਲਈ ਅੱਠ ਪੁਆਇੰਟ ਨੇ ਬਲੋਟ ਵਾਲੇ ਮੁੰਡਿਆਂ ਦੇ ਔਰ ਗਿਆਰਾਂ ਨੰਬਰ ਜਿਹੜੇ ਮਰਦੈੜੀ ਦੀ ਟੀਮ ਦੇ ਆ मरदारी वाला अंग्रेज खेल रहा नाल नागरे पिंड का पिरथी है और बहुत लंबे टाइम तो चुभ ना ग्राउंडा दे विच जिद्दा तो रहा पुराने टाइमों का कह लीजिए भी जेतू जरनैल है भी असं तजर्बेकार पुराने आ साथों सिखला वाले तजर्बेकार पुराने तू साथों सिखला वाले नंबर इधरले पासे मैं देख रहा भी एक होर जिहड़ा बलोट दी टीम दे खाते विच जा जुड़ गया है नौवां नंबर मुंडिया ने मेरे ख्याल जोड़ दिता है हौली हौली करके मुंडे नेड़े तेड़े आउंदे जांदे ने भी हुण मनसूबे नेक ते बंदा की नहीं कर सकदा ओ बूंद बूंद वाला काको वालिया भी सागर भर सकदा उस डांडे दे लड़ लग कई बोड़ी तरदी हुंदी आ ते तुड़का तुड़का करके ओ गुड्डी चरदी हुंदी आ भी पहली पहली संग टुटदियां टाइम ते लगदा ए ओ बीड़ी वाली डंग टुटदियां टाइम तो लगता है नवी नवी मुटियार माही तो डरती होंगी तुड़का तुड़का करके गुड्डी चढ़ती होंगी भाई तुड़का तुड़का करके गुड्डी चढ़ती होंगी करके जोर रहनी है पर एक गल हो रहा एक अदा नंबर जो होर जुड़ गया मरदाड़ी वाले माजरे वाले का तेन मुंडा मैच जितने का जिगरा रख रहा है पर मैं पहला दसिया पूरा साथ भी देना पेगा कमाल कर दिखती है बहुत सोहनी बाल मोड़ के पॉइंट जोड़ दिता अपनी टीम के लिए ग्यारह ते नौ आ मेरे ख्याल वृंदर ना हाँ ग्यारह ते नौ दो पॉइंट का फर्क है जी ग्यारह नौ स्कोर आ वीरे ग्यारह अंग्रेज नौ दिलप्रीत क्लब कितने कितने दस से पांच ਓਏ ਦਲਸਾਦ ਜੌਂਟੀ ਦਾ ਅੜੀ ਪਿੰਦਰੀ ਲਾਈਵ ਉਹਨੂੰ ਕਹਿ ਮੂਵ ਭੇਜੀ ਲੋੜ ਆ ਤਾਂ ਮੂਵ ਦੀ ਸਹਾਇਤਾ ਨਾਰੇ 10 ਨੰਬਰ ਹੋ ਗਿਆ ਮੈਂ ਵੀ 10 ਨੰਬਰ ਆ ਜਿਹੜੇ ਜੋਧਪੁਰੀਆ ਟੀਮ ਦੇ ਤੂੰ ਤਾਂ ਜੋਧਪੁਰੀਆ ਪਾਸੇ ਆਲੇ ਲੱਗਦਾ ਵੀ 4 5 ਜੀ 5 ਨੰਬਰ ਨੇ 5 ਨੰਬਰ ਆ ਉਧਰ ਬਈ ਵਾਲ ਪਿੰਡ ਦੇ ਜੌਂਟੀ ਦੇ ਨਾਲ ਕਹਿੰਦੇ ਭਰਾਵਾਂ ਤੋਂ ਵੱਧ ਕੇ ਪਿਆਰ ਆ ਉਧਰ ਪਿੰਦਰੀ ਕਹਿੰਦਾ ਲੈ ਵੀ ਜੌਂਟੀ ਆ ਜੇ ਲੋੜ ਆ ਤਾਂ ਜਿਹੜੀ ਤੂਤਾਂ ਦੇ ਟੂਰਨਾਮੈਂਟ ਦੇ ਮੂਵ ਸੀਗੀ ਉਹ ਭੇਜੀਏ ਤੇਰੇ ਲਈ ਆ ਭਰਾ ਸਾਡਾ ਕਹਿੰਦਾ ਵੀ ਆ ਕੈਨੇਡਾ ਦੇ ਵਿੱਚ ਵੀ ਤਿਆਰ ਦਰ ਤਿਆਰ ਹੀ ਆ ਕੰਮ ਔਰ ਵੀਰ ਸਾਡਾ ਕਹਿੰਦੇ ਮੇਰੇ ਮਿੱਤਰ ਲਾਈ ਪਿਆ ਉਹ ਕਹਿੰਦਾ ਜੇ ਮੂਵ ਦੀ ਲੋੜ ਹੋਵੇ ਆਪਣੇ ਵੱਲੋਂ ਸੇਵਾ ਹੋਵੇਗੀ ਗੱਲਾਂ ਵੱਡੀਆਂ ਮੈਂ ਤੇ ਚੋਟੀ ਦਾ 10 ਤੇ 5 ਦਾ ਮੁਕਾਬਲਾ ਅੱਧੇ ਅੱਧੇ ਦਾ ਫਰਕ ਆ ਨੰਬਰ ਹੁਣ ਕੌਣ ਜੋੜਦਾ ਆਪਣੀ ਟੀਮ ਦੇ ਲਈ ਮਾਜਰੇ ਵਾਲਾ ਇਧਰਲੇ ਪਾਸੇ ਟਰਾਈ ਤੇ ਕਰਦਾ ਪਰ ਵੇਖਾਂਗੇ ਕੌਣ ਜੋੜ ਕੇ ਦੇ ਨੰਬਰ ਧੰਨ ਧੰਨ ਕਰਵਾ ਦੇਵੇਗਾ ਆਪਣੀ ਟੀਮ ਦੇ ਲਈ ਵੀ ਗੱਡਿਆਂ ਵਿਚਾਲੇ ਮਿੰਟ ਪਈਆਂ ਨੇ ਦੋ ਵੰਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਬਾਕੀ ਟੀਮਾਂ ਦੇ ਦੋਨੋਂ ਚੰਗੀਆਂ ਨੇ ਭਾਈ ਜੀ ਚੋਚੀ ਸਾਡਾ ਵੀਰ ਜਿੱਥੇ ਵਾਸ ਉਹਨਾਂ ਤੇ ਆ ਕੇ ਆਰਿਫ ਸਾਡੇ ਭਰਾ ਨਾਲ ਜ਼ਰੂਰ ਕੰਟੈਕਟ ਕਰੇ ਆ ਚੋਚੀ ਸਾਡਾ ਵੀਰ ਜਿੱਥੇ ਵੀ ਵਾਸ ਹੁੰਦਾ ਲਾਓ ਸਾਹਮਣੇ ਖੇਡ ਦੇ ਗਰਾਊਂਡ ਦੇ ਵਿੱਚ ਮੈਚ ਕਹਿੰਦੇ ਚੋਟੀ ਦਾ ਤੇ ਮੁੰਡਿਆਂ ਨੇ ਵੀ ਜ਼ਮੀਨ ਮਿੱਧ ਮਿੱਧ ਕੇ ਪੈਣ ਦਲ ਦਲੀ ਬਣਾ ਛੱਡੀ ਆ ਲਾਓ ਸਾਹਮਣੇ ਖੇਡ ਦੇ ਗਰਾਊਂਡ ਦੇ ਵਿੱਚ ਟੱਕਰ ਕਹਿੰਦੇ 10 ਤੇ ਉਹ 5 ਦੀ ਆ ਵੀ ਦਿਨ ਰਾਤ ਫਿਰੇ ਖੱਪਦਾ ਤੂੰ ਕਿਹੜਿਆ ਭਰਮਾ ਹੀ ਅੰਦਰ ਫਿੱਕਾ ਥਾਪੜ ਦੇ ਤੁਰ ਗਏ ਕਈ ਹਿਟਲਰ ਕਈ ਸਿਕੰਦਰ ਕਾਰਾਂ ਕੋਠੀਆਂ ਸਦਾ ਨੀ ਮਿੱਤਰ
तेरे वांग इना भी ढहना आ रोला दो रोटियां दा दस फिर क्यों फिकरा च पैना हस खेड़ के कटला जिंदगी सब कुछ इथे ही है रह जाना हस खेड़ के कटला जिंदगी आओ सब कुछ इथे ही है रह जाना लाओ सामने नंबर दसवें तो ग्यारहवा आओ मेरे मित्रों कौन करदा जा चेंज हुंदी आ ला भी कोच एक दी जे किते सिंगल हैंड है आओ स्मैश मार दे ते गल तेरे टिकाने लग जानी है तेरा यार सैंडी हुडा ओ भी कदे लाइव तक्की आउंदा नंबर बल्ले बल्ले दसवें तो ग्यारहवा जा फिर मेरे मित्रों चेंज होनी है गल दोनों दे विच ए ते पानी कोई है एक है पर सामने गलती है जोधपुरी वाले एक वड्डी कर गए है सर्वी जड़ी फिर दुबारे तो कहते चेंज हो गया भी सस्ता त्यार मारा यार जो गदार मारा आओ सुता पैरे तार मारा आपे डर जांदा जो लभदा सहारे जेड़ा समा ना विचारे जेड़ा दूजिया नू मारे जेड़ा खुद मर जांदा हो मतलब कद कोई और जड़ों जूड़ वद कोई जांदा जदो छड कोई उदो चित खुसदा ते दुद्धो वच्छे तालिया नू लंग हो लालिया नू ते खाली जेब गालिया नू और भला कौन पुछदा खाली जेब गालिया नू भला कौन पुछदा लाओ सामने खेड़ दे ग्राउंड दे विच पंजवें तो नंबर छेवा जोड़न वास्ते आओ कोरे बाबे दा हुण कहिंदे आ जोर मेरे मित्रों बड़ा लग्या होया पर छेवा नंबर लंघना किसे गल करके आ कोरा बाबा भी बिच अज वड्डी टीम दे नाल पै गया आओ बईयाल दा जोटी आ दुनिया दा महान है नाल कहिंदे तीनू आ ते नाल कहिंदे आ मर्जी दा मालिक आओ मुंडा कहिंदे मोजी आ ते कोच भी आ अजकल चर्चे दा विषय कहिंदे बणिया होया वड्डियां वड्डियां टीमां हरा के जोधपुरी वाले भरा कहिंदे आ टाइम टाइम नाल घरे तोड़ दिंदे आ लवी मोहित जी हुण जितना ते जोर ते दिमाग ओ बड़ा लोड़ा बना थले थले बाल ओ मुंडिया रात कदे कोड़ा बाबा जी नंबर छेवा अपनी टीम लई जोड़ गया परम किन्ने होगे छे नंबर ने परम बाबा लदाणा दी टीम ने ते 10 नंबर मैं तकदा खेड़ दे ग्राउंड दे विच जस्सा नहीं आया जोधपुरी वाले भरावां दे पॉइंट पॉइंट 12-9 वीरे 12 अंग्रेज 9 दरपुरी क्लब ਸੀਲਾ ਸਾਡਾ ਫੇਰ ਆ ਕਵਰਤਨ ਵਾਲਾ ਉਹ ਭਰਾ ਸਾਡਾ ਕਹਿ ਰਿਹਾ ਵੀ ਜੇਕਰ ਟੀਮ ਜਿੱਤਦੀ ਰਹਿੰਦੀ ਅੰਗਰੇਜ਼ ਮਰਦਾੜੀ ਦੀ ਤੇ ਅੰਗਰੇਜ਼ ਦਾ ਸਨਮਾਨ 1100 ਦੀ ਨਗਦ ਰਾਸ਼ੀ ਨਾਲ ਕੀਤਾ ਜਾਊਗਾ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਜਿੱਤ ਜਾਣ ਤੇਰੇ ਤੇ ਵਾਰਾਂਗੇ ਨੋਟਾਂ ਤੋਂ ਮਹਿੰਗੀ ਚੀਜ਼ ਜਿਹੜੀ ਜਿੱਤ ਜਾਣ ਤੇਰੇ ਤੇ ਵਾਰਾਂਗੇ ਜੰਗਲੀ ਟੀਮ ਚਲੀ ਗਈ ਸੈਮੀ ਚ ਇੱਕ ਲੋਨ ਦੀ ਟੀਮ ਚਲੀ ਗਈ ਸੈਮੀ ਚ ਇੱਕ ਚੱਲੀ ਜਾਂਦਾ ਬਾਲੋਟ ਤੇ ਅੰਗਰੇਜ਼ ਦਾ ਇੱਕ ਜੋਧਪੁਰੀ ਦਾ ਜੌਂਟੀ ਦਾ ਮੈਚ ਚੱਲੀ ਜਾਂਦਾ ਬਾਬੇ ਲਦਾਣੇ ਬਾਬੇ ਕੌੜੇ ਨਾਮ ਨੇ ਟੂਰਨਾਮੈਂਟ 1100 ਦਿੱਤਾ ਜਾਵੇਗਾ ਮਾਨ ਸਨਮਾਨ ਦੇ ਵਿੱਚ ਜੀ ਇੱਕੋ ਤਰੀ ਟੱਚ ਹੋ ਗਈ ਪੱਟੀ ਹੋਣਾ ਉੱਧਰ ਪੈਂਦੀ ਪੈਂਦੀ ਵਾਲ ਬੜੀ ਕਰਕੇ ਆਪਣੇ ਪੈ ਗਈ ਦੋ ਤਿੰਨ ਹੋ ਗਈਆਂ ਦੋ ਤਿੰਨ ਹੀ ਵੱਜੀਆਂ ਪੱਟੇ ਤੇ ਵਾਲ ਪੱਟੀ ਦਾ ਬਾਲਾਂ ਬਹੁਤ ਕੱਟ ਕੇ ਉੱਧਰ ਵਾਗੇ ਜਾ ਕੇ ਬੜੀਆਂ ਬਾਲਾਂ ਜਾਂਦੀਆਂ ਜੀ ਉੱਧਰ ਜੋ ਲਾਉਂਦੀ ਦੋਸਤੀ
ਇੰਦਰੀ ਆ ਰਹੀ ਸੀ ਬਾਈ ਹਾਂਜੀ ਹਾਂਜੀ ਮਨਪ੍ਰੀਤ ਪੰਧੇਰ ਜੀ ਬਿਲਕੁਲ ਜੀ ਬਿਲਕੁਲ ਵੀਰੇ ਬਹੁਤ ਸਿੰਘ ਬਾਜਵਾ ਜਿੱਤ ਗਈ ਚਾਂਗਲੀ ਜਿੱਤ ਗਈ ਜੀ ਸੈਮੀ ਚ ਪਹੁੰਚ ਗਈ ਚਾਂਗਲੀ ਟੀਮ ਹਾਰਦਾ ਸੀ ਬੁੱਧ ਤੂੰ ਦੇ ਲਾ ਫਿਰ ਐ ਆ ਗਈ ਤਾਂ ਫਿਰ ਕੰਮ ਸਾਡਾ ਤਾਹੀਆਂ ਵਾਲੇ ਹਾਰਦਾ ਸੀ ਬੁੱਧ ਜਿੱਤ ਗਈ ਚਾਂਗਲੀ ਸੋਹਣੇ ਵੀਰ ਇਹ ਮੈਚ ਆ ਪਰਵਿੰਦਰ ਗਰੇਵਾਲ ਬਾਈ ਜੀ ਕੈਮਰੇ ਸਾਹਮਣੇ ਦਿਲਪ੍ਰੀਤ ਕਲਾ ਬਾਲੋੜ ਦੀ ਟੀਮ ਆ ਸੋਟੂ ਮਾਜਰਾ ਖੇਡਦਾ ਜੀ ਦੂਜੇ ਪਾਸੇ ਟੀਮ ਅੰਗਰੇਜ਼ ਮਰਦੈੜੀ ਦੀ ਆ ਨਾਲ ਪੈਰਥੀ ਖੇਡਦਾ ਨਾਗਰ ਵਾਲਾ ਜਾਦੂਗਰ ਜੀ ਚੈਣੇਵਾਲ ਹਰ ਗਈ ਸੀ ਬਾਈ ਖੜਵਾਲੀ ਨੂੰ ਹਰ ਗਈ ਸੀ ਦੂਜਾ ਰਾਊਂਡ ਜੀ ਓਕੇ ਜੀ ਸਗਨ ਧਾਲੀਵਾਲ ਜੀ ਰਵੀ ਹੈਗਾ ਸੀ ਵਿੱਚ ਆਪਦਾ ਸੈੱਟ ਸੀਗਾ ਰਵੀ ਦਾ ਬਹੁਤ ਵੀਰੇ ਰਵੀ ਭਾਦਰਗੜ੍ਹ ਦਾ ਆਪਣਾ ਸੈੱਟ ਸੀ ਅਸਮਣੀ ਵਰਗੇ ਸਾਰਾ ਸੈੱਟ ਸੀਗਾ ਨਾਲ ਉਹਨਾਂ ਦੇ ਨੀਟ ਆਹੀ ਚਿਰਾਗ ਦਿੱਲੀ ਵਾਲਾ ਨੈੱਟ ਤੇ ਨੈਤਿਕ ਸੀ ਨੈੱਟ ਮੈਨ ਬਾਹਰ ਉਹਨਾਂ ਨਾਲ ਬਾਈ ਸ਼ੇਰੂ ਨਹੀਂ ਸੀ ਆਇਆ ਵੀਰੇ ਸ਼ੇਰੂ ਨਹੀਂ ਆਇਆ ਕੁਲਜਿੰਦਰ ਧਾਲੀਵਾਲ ਯੂ ਐਸ ਏ ਵੈਲਕਮ ਜੀ ਦੋ ਟੀਮਾਂ ਸੈਮੀ ਜੀ ਵੀਰੇ ਦੋ ਕੁਆਟਰ ਚੱਲੀ ਜਾਂਦੇ ਆ ਜੀ ਰਵੀ ਹਰ ਗਿਆ ਜੀ ਬਿਲਕੁਲ ਰਵੀ ਚਾਂਗਲੀ ਟੀਮ ਨੂੰ ਹਰ ਗਿਆ ਵੀਰੇ ਆਪਣੀ ਟੀਮ ਨੂੰ ਜੀ ਮਰਦੈੜੀ ਦਾ ਮੈਚ ਹੀ ਚੱਲੀ ਜਾਂਦਾ ਸਾਹਮਣੇ ਵੀਰੇ ਦੇਖੋ ਜੀ ਬਾਲੋਟ ਨਾਲ ਆਪਣੇ 18 ਤੋਂ ਬਾਅਦ ਹੋਣਗੇ ਬੁੱਧ ਵੀਰੇ ਵੈਸੇ 10 ਨੂੰ ਹੈਗਾ ਇੱਕ ਢਾਬਾ ਟੂਰਨਾਮੈਂਟ ਵਿੱਚ ਉਦੋਂ ਬਾਅਦ 18 ਨੂੰ ਪਹਿਲਾ ਟੂਰਨਾਮੈਂਟ ਆ ਫੈਡਰੇਸ਼ਨ ਦਾ ਬਾਈ 18 ਨੂੰ ਪੱਟੀਵਾਲ 19 ਨੂੰ ਤਖਾਣ ਵੱਧ ਉਦੋਂ ਬਾਅਦ 21 ਨੂੰ ਹੈ 23 ਨੂੰ ਹੈ ਨਹੀਂ 21 ਨੂੰ ਹੈ 24 ਨੂੰ ਹੈ ਅਤੇ ਮੇਰੇ ਵੀਰ 27 ਨੂੰ ਹੈ 28 ਨੂੰ ਹੈ 30 ਨੂੰ ਹੈ ਉਦੋਂ ਬਾਅਦ ਤਾਂ ਰੈਗੂਲਰ ਚੱਲ ਪੈਣਗੇ ਇੱਕ ਦਿਨ ਦੀ ਰੈਸਟ ਨਾਲ ਬੁੱਧ ਬਾਈ ਅੱਜ ਤੋਂ ਬਾਅਦ ਢਾਬਾ ਹੀ ਆ ਟੂਰਨਾਮੈਂਟ ਸਿੱਧਾ ਬਾਈ 10 ਤਰੀਕ ਨੂੰ ਐਕੀ ਕੋਈ ਮੋਟਰਸਾਈਕਲ ਵਾਲਾ ਨਹੀਂ ਫੁੱਟ ਰਿਹਾ ਬੁੱਧ ਬਾਈ ਪਤਾ ਨਹੀਂ ਕੀ ਗੱਲ ਹੈ ਮੋਟਰਸਾਈਕਲ ਵਾਲਾ ਟੂਰਨਾਮੈਂਟ ਨਹੀਂ ਆਇਆ ਐਕੀ ਪਿਛਲੀ ਵਾਰ ਦਾ ਕਰਾਤੇ ਸੀ ਆਪਾਂ ਕਈ ਦੋ ਤਿੰਨ ਹੋ ਗਏ ਸੀ ਹੁਣ ਨੂੰ ਤਾਂ ਮੇਰੇ ਹਿਸਾਬ ਨਾਲ ਮੋਟਰਸਾਈਕਲ ਵਾਲੇ ਕੋਈ ਨਹੀਂ ਮਣੀ ਮਿਲਦੇ ਹਾਂ ਰਵੀ ਨੂੰ ਆਪਾਂ ਮਿਲਦੇ ਹਾਂ ਕੋਈ ਨਹੀਂ ਬਸਲਾ ਓਕੇ ਬੁੱਧ ਜੀ ਠੀਕ ਆ ਜੀ ਟਾਈਆਂ ਵੀਰੇ ਅਜੇ ਕਮੇਟੀ ਦੱਸੂ ਕਦੋਂ ਪਾਉਣੀ ਇਹ ਨਹੀਂ ਪਤਾ ਰੋਕੇ ਚੱਲਣ ਸੈਮੀ ਮੈਚ ਬਾਈ ਕਹਿੰਦੇ ਸੀ ਕਮੇਟੀ ਵਾਲੇ ਪਤਾ ਨਹੀਂ ਦਿਲਸਾਦ ਉਹੀ ਹੱਸਦਾ ਸੀ ਮੈਨੂੰ ਕਹਿੰਦੇ ਜੀ 7 ਵਜੇ ਚੱਲਣਗੇ ਮੈਚ ਇਹ ਤੋਂ ਬਾਅਦ ਆ ਮੈਚ ਕਰਾ ਕੇ ਬਾਬੇ ਨੇ ਆਉਣਾ ਪਤਾ ਨਹੀਂ ਐਂ ਜੀ ਗੱਲ ਸੁਣੀ ਆਊਟ ਦੀ ਜੀ ਬਾਕੀ ਲੱਗ ਜਾਣਾ ਪਤਾ ਬਣੇ ਰਹੋ ਬਾਈ ਜੇ ਟਾਈਆਂ ਪਈਆਂ ਤਾਂ ਵੀ ਠੀਕ ਆ ਨਹੀਂ ਇਹ ਨਹੀਂ ਪਤਾ 7 ਵਜੇ ਚੱਲਣ ਠੀਕ ਆ ਬੁੱਧ ਬਾਈ ਮੋਟ ਓਹੋ ਸਿਰ ਆਓ ਸੁੱਖੇ ਯਾਰ ਬਹੁਤ ਤਕੜਾ ਨੈੱਟ ਕੱਢਿਆ ਮੁੰਡੇ ਨੇ ਪਿਰਥੀ ਬਦਲਾ ਹੀ ਲਈ ਜਾਂਦਾ ਉਹਦੇ ਕਿੰਨੇ ਹੋ ਗਏ ਉਸਤਾਦ ਕਿੰਨੇ ਹੋ ਗਏ 11-14 ਸਕੋਰ ਆ ਵੀਰੇ 11 ਬਾਲੋਟ 14 ਅੰਗਰੇਜ਼ 17 ਦੀ ਗੇਮ ਆ ਵੀਰੇ ਸਲਿਪਰੀ ਬਹੁਤ ਆ ਗਰਾਊਂਡ 'ਚ ਯਾਰ ਪਾਣੀ ਦਲਦਲ ਦੀ ਵਾ ਪਰਾਲੀ ਖੜਾ ਲਓ ਬਾਈ ਦਲਦਲ ਬਣੀ ਹੋਈ ਆ ਜ਼ਿਆਦਾ ਨਾ ਇਕੱਠੀ ਕਰੋ ਪੈਰ ਵੀ ਫਸ ਜਾਏਗਾ ਇਸ ਸਮੇਂ ਪੈਰ ਨਾ ਫਸ ਜਾਏ ਹਲਕੀ ਖੜਾ ਲਓ ਓਕੇ ਬਹੁਤ ਬਾਈ ਪਾਣੀ ਕੀ ਜ਼ਰੂਰਤ ਹੈ ਬਾਈ ਜੀ ਪਾਣੀ ਲਾ ਕਰ ਦੇ ਜੀ ਸਿਰ 'ਤੇ ਪਾਣੀ ਨਹੀਂ ਹੈ ਜੀ
ਮੌਸਮੀ ਗਿਰੀ ਨਹੀਂ ਮੌਸਮੀ ਵੀ ਹਾਂ ਉਸ ਵੀ ਬਾਕੀ ਹੋ ਰਹੇ ਬਾਹਰ ਵੀ ਕਿੰਨਾ ਬਾਹਰ ਮੈਂ ਗਿੱਲ ਹੈ ਉਹ ਜਦ ਖੇਲ ਪੈਰ ਕੇ ਸਾਥ ਨਾ ਪੈਰ ਦੱਸੇ ਸੀ ਹਾਂ ਗਰਾਊਂਡ ਹੋੜ ਵਧੀਆ ਰਹਿਣਾ ਤੋਂ रमन नागरा वीरे क्वार्टर मैच है जी क्वार्टर दो क्वार्टर चली जांदे आ दो हो गए जी दो टीमां पहुंच गईयां सैमी च कवर्तन बी नूं हरा के जिहड़ी लोन दी टीम सैमी च पहुंच गई जी रवि बहादुरगढ़ दी टीम नूं हरा के चंगली दी टीम सैमी च पहुंच गई बई आ बालोड ते अंग्रेज़ दा चली जांदा तीजा क्वार्टर चौथा क्वार्टर उधर जोधपुरीए दा बाबे कौड़े नाल चली जांदा वीरे जोधपुरीए ते जौंटी है ਬਾਬੇ ਲਦਾਣੇ ਦੇ ਬਾਬਾ ਗੌੜਾ ਹੈ ਅਪਡੇਟ ਆ ਰਮਨ ਹੁਣ ਦੀ ਬਈ ਇਧਰਲੇ ਪਾਸੇ ਗਰਾਊਂਡ ਨੰਬਰ 4 ਵਿੱਚ ਵੀ ਹੈ ਬਾਬਾ ਲਦਾਣਾ ਦੀ ਟੀਮ ਵੀ ਕਦੇ ਚੋਟੀ ਦੀ ਟੀਮ ਹੈ ਔਰ ਦੂਜੇ ਪਾਸੇ ਮੁੰਡੇ ਜਿਹੜੇ ਗਏ ਚਲੇ ਆ ਟੀਮ ਉਧਰਲੇ ਪਾਸੇ ਵੀ ਮੇਰੇ ਮਿੱਤਰੋ ਵਰਤੇ ਅੰਗਰੇਜ਼ ਤਗੜੀ ਬਾਲ ਮਾਰ ਗਿਆ ਅੰਗਰੇਜ਼ ਬਰਦੜੀ ਖੇਡ ਰਿਹਾ ਤਗੜੀ ਸਮੈਸ਼ ਗਿਆ ਵਾਲੀ ਵਾਲ ਕੱਚੀ ਦਾ ਕਦੇ ਇਤਿਹਾਸ ਬੋਲਦਾ ਜਿੱਥੇ ਜਿੱਥੇ ਪਹਿਲੀਆਂ ਚੀਜ਼ਾਂ ਜੋ ਵੀ ਰੱਖੀਆਂ ਗਈਆਂ ਦੇ ਮੁੰਡੇ ਨੇ ਜਿੱਤ ਕੇ ਆਪਣੇ ਨਾਂ ਦੇ ਕੀਤੀਆਂ ਨੇ ਆ ਪਿਛਲੇ ਦਿਨੀ ਪੰਜਾਬ ਦੇ ਜ਼ਿਲ੍ਹੇ ਲੁਧਿਆਣੇ ਦੇ ਇੱਕ ਭੱਦਲ ਟੂਹੇ ਪਿੰਡ ਦੇ ਵਿੱਚ ਸੋਨੇ ਦੀਆਂ ਬੁੰਦੀਆਂ ਰੱਖੀਆਂ ਗਈਆਂ ਤੇ ਜਿਹੜਾ ਮੁੰਡਾ ਸਰਪੰਚ ਦਾ ਉਹ ਇੱਧਰ ਸੈਂਟਰ 'ਚ ਖੇਡ ਰਿਹਾ ਹੈ ਬਲੈਕ ਕਲਰ ਦੀ ਨਿੱਕਰ ਪਾਈ ਆ ਤੇ ਬਲੈਕ ਦੀ ਟੀ ਸ਼ਰਟ ਪਾਈ ਆ ਇਹ ਮੁੰਡਾ ਪਿਛਲੇ ਦਿਨ ਸੋਨੇ ਦੀ ਬੁੰਦੀ ਦਾ ਚੋਟੂ ਬਣਿਆ ਉੱਥੇ ਆ ਬਹੁਤ ਤਗੜਾ ਪ੍ਰਦਰਸ਼ਨ ਕੀਤਾ ਮੁੰਡੇ ਨੇ ਆਪਣੀ ਟੀਮ ਦੇ ਲਈ ਆ ਔਰ ਨਾਲ ਜੋਧਪੁਰੀਆ ਜ਼ਿਲ੍ਹੇ ਸਰਸੇ ਦੀ ਆ ਉਹ ਕਦੇ ਅੱਜ ਮੁੰਡੇ ਖੇਡ ਰਹੇ ਆ ਕਵਰਤਨ ਦੀ ਧਰਤੀ ਦੇ ਆ ਲੱਗਿਆ ਹੋਇਆ ਚੋਰ ਵੀ ਚੋਰ ਤੇ ਜਵਾਨੀ ਹੁੰਦੀ ਉਮਰਾਂ ਦਾ ਖੇਡ ਪਈ ਆ ਇਹਦੇ ਵਿੱਚ ਹੁੰਦਾ ਯਾਰੋ ਸਾਹਮਣੇ ਵਾਲਾ ਭੇੜ ਪਈ ਆ ਇਹਦੇ ਵਿੱਚ ਹੁੰਦਾ ਯਾਰੋ ਸਾਹਮਣੇ ਵਾਲਾ ਭੇੜ ਪਈ ਆ ਲੈ ਨੰਬਰ ਇੱਕ ਹੋਰ ਜੋਧਪੁਰੀਆ ਟੀਮ ਦੇ ਖਾਤੇ ਵਿੱਚ ਮੇਰੇ ਮਿੱਤਰੋ ਜਾ ਜੁੜ ਗਿਆ ਹੈ ਮੈਚ ਤਿੰਨ ਨੰਬਰ ਗਰਾਊਂਡ ਤੇ ਵੀ ਚੋਟੀ ਦਾ ਇੱਕ ਪਾਸੇ ਮਰਦਾੜੀ ਵਾਲਾ ਅੰਗਰੇਜ਼ ਆ ਪਰਲੇ ਪਾਸੇ ਜਿਹੜਾ ਮੁੰਡਾ ਸੈਂਟਰ 'ਚ ਖੇਡਦਾ ਪਿਆ ਔਰ ਬੜੀ ਦਹਿਸ਼ਤ ਆ ਬੜੀ ਚੜ੍ਹਾਈ ਆ ਮੁੰਡੇ ਦੀ ਆ ਉਧਰ ਸੀਲਾ ਸਾਡਾ ਵੀਰ ਕਹਿੰਦਾ ਹੈ ਵੀ ਜੇ ਜਿੱਤ ਗਿਆ ਅੰਗਰੇਜ਼ ਤੇ ਅੰਗਰੇਜ਼ ਦਾ ਮਾਣ ਸਨਮਾਨ ਜਿਹੜਾ ਆਪਾਂ 1100 ਦੀ ਨਗਦ ਰਾਸ਼ੀ ਨਾਲ ਕਰ ਦਾਂਗੇ ਪਰ ਮੋਹਿਤ ਇਧਰਲੇ ਪਾਸੇ ਬਾਬਾ ਲਦਾਣੇ ਵਾਲਾ ਉਹ ਕਹਿੰਦੇ ਧੰਨ ਧੰਨ ਗੱਭਰੂ ਖੇਡ ਦੇ ਮੈਦਾਨ ਦੇ ਵਿੱਚ ਕਰਵਾ ਗਿਆ ਮੇਰੇ ਮਿੱਤਰੋ ਵੀ ਪੈਰ ਪੈਰ ਉੱਤੇ ਜਿੰਨਾ ਦਿੱਤੀਆਂ ਦਲੇਰੀਆਂ ਜਾਂ ਤੇ ਪਿਆਰੇ ਪਰ ਇਹ ਬਾਵਾਂ ਜਿਹੜੇ ਮੇਰੀਆਂ ਮੇਰੇ ਲਈ ਉਹ ਸੀਨੇ ਉੱਤੇ ਖਾਦੇ ਮੇਰੀ ਵੀ ਉਮਰ ਲਾ ਦੇ ਮੇਰੇ ਯਾਰਾਂ ਨੂੰ ਸਾਰੇ ਹੀ ਯਾਰਾਂ ਦੋਸਤਾਂ ਦਾ ਸੱਜਣਾ ਮਿੱਤਰਾਂ ਦਾ ਜਿਹੜੇ ਭਰਾਵਾਂ ਨੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਵੱਡੇ ਯੋਗਦਾਨ ਦਿੱਤੇ ਆ ਅੱਜ ਦੇ ਸਖੇ ਟੂਰਨਾਮੈਂਟ ਦੇ ਲਈ ਉਹਨਾਂ ਸਾਰਿਆਂ ਵੀਰਾਂ ਦਾ ਮੈਂ ਤੇ ਉੱਚੇ ਤੌਰ ਤੇ ਧੰਨਵਾਦ ਕਰਦਾ ਮੈਂ ਵੀ 10 ਨੰਬਰ ਹੈਪੀ ਕਿੰਨੇ ਕਿੰਨੇ ਸੋਹਣਿਆਂ ਦੀਆਂ ਮੁਕਾਬਲਾ ਚੋਟੀ ਦਾ ਖੇਡਿਆ ਜਾ ਰਿਹਾ ਹੈ ਮੈਂ ਵੀਰੇ ਦੱਸਿਓ ਆਪਣੇ ਭਾਜੀ ਕਿੰਨੇ ਹੋਏ ਆ ਨੰਬਰ 11 ਨੰਬਰ ਨੇ ਬਾਬਾ ਲਦਾਣਾ ਦੀ ਟੀਮ ਦੇ ਆ ਤੇ 10 ਜਿਹੜੇ ਨੰਬਰ ਨੇ ਜੋਧਪੁਰੀ ਵਾਲੇ ਮੁੰਡਿਆਂ ਦੇ ਆ ਲਵੀ ਕੋਚ ਉਹ ਮੁੰਡੇ ਲੀਡ ਪੱਟ ਕੇ ਹੁਣ ਲੀਡ ਬਣਾ ਗਿਆ ਉਹਨਾਂ ਦਾ ਪਿੰਡ 25-30 ਕਿਲੋਮੀਟਰ ਹੀ ਦੂਰ ਹੈ ਜੇ ਕਿਤੇ ਤੁਸੀਂ ਹਰ ਗਏ ਆ ਤੇ 250-300 ਕਿਲੋਮੀਟਰ ਦਾ ਪੈਂਡਾ ਤੈ ਕਰਨਾ ਪੈਣਾ ਹੁਣ ਕਹਿੰਦੇ ਚੋਟੀ ਨੂੰ ਉਹ ਪਾਲਾਂ ਕਹਿੰਦੇ ਖਿੱਚ ਕੇ ਉਹ ਟਿਕਾਣੇ ਵਾਲੀਆਂ ਲੋੜੀਆਂ ਪੈਣੀਆਂ ਬਾਕੀ ਗੱਲ ਜਿਹੜੀ ਵੱਡੀ ਆ ਜੇ ਮੁੰਡੇ ਜਿੱਤ ਗਏ ਤੇ ਫੇਰ ਗੱਲ ਹੋਰ ਆ ਤੇ ਜੇ ਮੈਚ ਲੂਜ਼ ਕਰ ਗਏ ਨਾ ਤੇ ਸਾਰੇ ਰਾਹ ਗੱਡੀ ਦੇ ਧਰਮ ਚੋਟੀ ਪਈ ਆ ਜਾਂ ਕਰਦਾ ਟਰਾਈਆਂ ਮੇਰੇ ਮਿੱਤਰੋ ਵੀ ਪਹਿਲਾਂ ਖੇਡ ਇਸ਼ਕ ਦੀ ਪਾਜੀ ਆ ਉਹ ਕਦੇ ਹਰ ਕੇ ਬਹਿ ਜੀ ਨਾ ਉਹ ਖਿਡਾਰੀ ਜਿੱਤ ਵੀ ਜਾਂਦੇ ਆ ਉਹ ਖਿਡਾਰੀ ਹਰ ਵੀ ਜਾਂਦੇ ਆ ਬੱਲੇ 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 ਦਾ ਇੱਧਰੇ ਇੱਧਰਲੇ ਪਾਸੇ ਕਹਿੰਦੇ ਬਾਬਾ ਉਹ ਕਰਦਾ ਟਰਾਈਆਂ ਵੱਡੀਆਂ ਇਹ ਨੰਬਰ ਫਿਰ ਕਾਰਡ ਜੋੜੂਗਾ ਲੈ ਵੀ ਹਰਿਆਣੇ ਵਾਲੇ ਮਾੜਾ ਮੋਟਾ ਰਵਾ ਰਪਾਲਾ ਪਾਵੇ ਚੌਦਾਂ ਅੰਗਰੇਜ਼ ਮਰਦੜੀ ਪਰ ਨਾਗਰੇ ਦੇ
या तो ग्यारहवें तो बारहवा होना या फिर कहने चेंज होनी है या उस सामने खेल के ग्राउंड टक्कर कहने वही है और गलती मेरे मित्र हम कोई नहीं करना चाहता भी नित ग्यारह दिया और महफल सजावे भी तेरे लिए खास बन गए असि खेल रह गए और मन परचावे दी तेरे लिए टाइम पास बन गए तेरे को ग्यारह के हत्था खेतने का साडे भी रिवाज मुंडिया है तू नी साडा ते असी नी हुण तेरे जा टुट गई लिहाज मुंडिया तू नी साडा ते असी नी हुण तेरे जा टुट गई लिहाज मुंडिया पर यारी मुंडिया दी पक्की आ लावी जोलपुरी आ और पेले पैरी मैनू मनदे नहीं तीदे मुंडे बाबे लदाने वाले भी आ चंगे उस्तादा दे चंडे होए आ जे इन्हां दे बाला और गोड्या मोड्या नू लावे कोई एक अद्धी बाल गुटा दे चढ़ा दे बई आलिया ते सवाल फेर आऊगा थले थले तेरे धरती थले तेरे चाहे कहते कलरता च भड़ाके पई आऊगा नंबर कौन बल्ले 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 लोग नजारा लग गया नजारा लेंदे पे आ भाई यार जे टीमां दा प्रदर्शन वधिया लग रहा है एक बारी दोनों टीमां लई ताड़ी तां मार दे हरियाणे वाले ओ ताड़ी तूड़ी मार दे रहे हुण ठंडे जे हो गए जागदे रहो नंबर चोटी दा मुंडे ने जोड़ दित्ता अपनी टीम को 12 हो गए ना बन गिरो ओ टक्कर कले 12 ते ਪਲੇਟ ਦੀ ਟੀਮ ਦੇ ਵੀ ਨੰਬਰ ਵੀਰੇ 14 ਨੇ ਔਰ ਮਰਦਾਰੀ ਵੀ ਟੀਮ ਦੇ ਵੀ ਨੰਬਰ 14 ਮੈਚ ਇਧਰਲੇ ਪਾਸੇ ਵੀ ਬਰਾਬਰੀ ਤੇ ਇਧਰ 15ਵਾਂ 15ਵਾਂ ਹੁਣ ਕੌਣ ਜੋੜਦਾ माजरे वाले ते कहते आसा उम्मीदा पट्टिया ने भी मैनू पार लगा दे घड़िया मिनटा तेरिया करती है या पिछे मुड़ जा सोनीये इथे कोई ना तेरा दर्दी है या पिछे मुड़ जा सोनीये इथे कोई ना तेरा दर्दी है लवी यूपी वालिया तेनू भी बहुत दूरों सद्या भ्रमण ने माण करके और जे मैच पावे गल तो मित्रा फेर टिकाने लगनी है इधरले पास और मुंडिया ने ठंडे ठार ਤਾੜੀ ਦੀਆਂ ਕਹਿੰਦੇ ਘੁੱਟਾਂ ਭਰੀਆਂ ਦੋ ਬੁੱਲ ਪੱਤੀ ਤੰਬ ਇੱਕ ਜਵਾਨ ਨੂੰ ਕਹਿੰਦੇ ਗਿੱਲਾ ਕੀਤਾ ਤੇ ਥੋੜਾ ਜਿਹਾ ਪਾਣੀ ਲੀਵਰ ਦੇ ਵਿੱਚ ਪਾਇਆ ਜਿਹੜੇ ਪਾਣੀ ਨੇ ਬੜਸਿਕਰੀ ਵਾਲਾ ਚੈਣੇ ਵਾਲਾ ਖੜਵਾਲੀ ਨੂੰ ਵਰ ਗਈ ਦੂਜਾ ਰੌਂਡ ਸੰਦੀਪ ਰੇ ਸਾਹਮਣੇ ਖੇਡਦੇ ਗਰਾਊਂਡ ਦੇ ਵਿੱਚ ਮੈਚ ਕਹਿੰਦੇ ਚੋਟੀ ਆ ਇਧਰਲੇ ਪਾਸੇ ਮੈਨੂੰ ਲੱਗਦਾ ਵੀ 15ਵਾਂ ਨੰਬਰ 15-14 ਹੋ ਗਏ ਵੀਰੇ 15 ਪੁਆਇੰਟ ਆ ਜਿਹੜੇ ਦਿਲਪ੍ਰੀਤ ਗਿੱਲ ਕੈਨੇਡਾ ਕਲੱਬ ਬਲੋਟ ਦੀ ਟੀਮ ਦੇ ਆ ਇਧਰਲੇ ਪਾਸੇ ਮੁੰਡਿਆਂ ਨੇ ਕਹਿੰਦੇ ਧੂਆਂ ਰੋਲ ਕਰ ਦਿੱਤਾ ਰਮਣਾ ਉਹ ਮੁੰਡਿਆਂ ਨੇ ਕਹਿੰਦੇ ਧੂਆਂ ਰੋਲ ਕਰਿਆ ਪਿਆ ਗਰਾਊਂਡ ਨੰਬਰ ਇੱਕ ਵਾਲੇ ਪਾਸੇ ਇੱਧਰ 15 ਦੇ 14 ਦੀ ਟੱਕਰ ਆ ਨੰਬਰ 14ਵਾਂ ਹੁਣ ਕੌਣ ਜੋੜ ਕੇ ਤੇ ਮੇਰੇ ਮਿੱਤਰੋ ਮੈਚ ਦੇ ਵਿੱਚ ਇੱਕ ਹੋਰ ਨੰਬਰ ਦਾ ਵਾਧਾ ਕਰ ਜਾਵੇਗਾ ਇਹਦੇ ਸਮੇਂ ਨੇ ਫੈਸਲੇ ਜਿਹੜੇ ਕਰ ਦੇਣੇ ਆ ਅੱਜ ਪਿਆਰ ਤੇ ਸਤਿਕਾਰ ਦੇ ਨਾਲ ਜਿੰਨੀਆਂ ਵੀ ਟੀਮਾਂ ਨੂੰ ਸੱਦੇ ਲਾਏ ਆ ਸਾਡੀ ਪ੍ਰਬੰਧਕੀ ਕਮੇਟੀ ਨੇ ਤੇ ਸਾਰੀਆਂ ਟੀਮਾਂ ਹੀ ਆਪਣੇ ਕੋਲ ਪੁੱਜ ਗਈਆਂ ਨੇ ਕਿ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਉਹ ਹੋਰ ਭਲਾ ਕੋਈ ਕੀ ਹੈ ਤੋੜੀਆਂ ਤੋਂ ਲੈ ਜਾਂਦਾ ਤੇ ਬਾਹਰ ਕੱਪੜ ਤੋਂ ਖਾਲੀ ਹੱਥ ਸਿਕੰਦਰ ਦੇ ਜੇ ਜਾ ਸਕਦਾ ਸੀ ਨਾਲ ਤਾਂ ਸੱਚੀ ਉਹ ਵੀ ਬਹੁਤ ਕੁਝ ਲੈ ਜਾਂਦਾ ਤੁਰਿਆ ਫਿਰਦਾ ਇਹ ਵੀ ਕਿਸੇ ਦੀ ਤਾਕਤ ਹੈ ਨਹੀਂ ਤੇ ਕਿੰਨੇ ਝੱਖੜ ਝੁੱਲੇ ਤੇ ਕਾਤਾ ਢਹਿ ਜਾਂਦਾ ਤੁਸੀਂ ਪਿੱਲ ਵਿੱਚ ਪਹਿਣ ਲਈ ਬਸ ਕਿਸੇ ਨੂੰ ਜਗ੍ਹਾ ਦਿਓ ਹੌਲੀ ਹੌਲੀ ਥੋਡੀਆਂ ਉਹ ਜੜਾਂ ਚ ਪੈ ਜਾਂਦਾ ਤੇ ਤੇਤੀ ਨੁਕਸ ਤਾਂ ਤੇਰੇ ਵਿੱਚ ਵੀ ਹੋਣਗੇ ਐਵੇਂ ਨੀ ਕੋਈ ਕਿਸੇ ਦੇ ਮੂੰਹੋਂ ਲੈ ਜਾਂਦਾ ਬਸ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਉਹ ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ ਕਿਤੇ ਪਿਆਰ ਸਤਿਕਾਰ ਆ ਅੱਜ ਕਹਿੰਦੇ ਟੀਮਾਂ ਦੂਰ ਦੁਰਾਡੇ ਤੋਂ ਆਈਆਂ ਹੋਈਆਂ ਨਾ 15 ਤੇ 14 ਦਾ ਮੁਕਾਬਲਾ ਇਧਰਲੇ ਪਾਸੇ ਆ ਤੇ 13 ਨੰਬਰ ਵੀ ਜਰਸੀ ਵਾਲੇ ਨੇ ਸਰਬ ਜਿਹੜੀ ਕੀ 15-14 ਤੋਂ ਫੇਰ ਚੱਲ ਪਿਆ ਕੰਮ ਰੇ 15 ਬਲੋਟ 14 ਅੰਗਰੇਜ਼ ਮਰਦੜੀ ਇੱਕ ਅੱਧਾ ਦੇ ਮਾਜਰੇ ਵਾਲਾ ਮਰਦੜੀ ਵਾਲਿਆ ਉਹ ਧੱਕੇ ਨਾਲ ਖੇਡ ਦੂਗਾ ਇਹਦੇ ਥੋੜਾ ਸਾਤਾ ਸਾ ਕਰਨਾ ਪੈਣਾ ਓਏ ਪੱਲੇ ਓਏ ਇਧਰਲੇ ਪਾਸੇ ਵੀ ਮੁੰਡੇ ਕਹਿੰਦੇ ਧੁੱਕੀ ਕੱਢੀ ਤੇਰੇ ਆਉਂਦੇ ਆ ਪਾਲ ਦਾ ਸਿਰ ਮੁੰਡੇ
ਟੁੱਟੀ ਆਉਣੇ ਖੇਤਰ ਇਧਰਲੇ ਪਾਸੇ ਵੀ ਟੀਮਾਂ ਤਕੜੀਆਂ ਵੀ ਪੰਜਾਬ ਹਰਿਆਣੇ ਦਾ ਮੈਚ ਮਿੱਤਰ ਵੀ ਫਸ ਗਈਆਂ ਕੁੰਡੀਆਂ ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ ਔਰ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਤੇ ਦੋਨੋਂ ਚੰਗੀਆਂ ਤੇ ਮਾਰ ਮਾਰ ਸ਼ਾਟਾਂ ਭੇੜੇ ਕੱਢਣਗੇ ਅੱਗ ਬਈ ਹੁਣ ਕੌਣ ਕਿੰਨੇ ਪਾਣੀ ਵਿੱਚ ਪਤਾ ਜਾਣਾ ਲੱਗ ਗਈ ਹੈ ਬਾਕੀ ਅੱਜ ਪਤਾ ਲੱਗਣਾ ਵੀ ਕੌਣ ਕੌਣ ਹੈ ਉਹ ਕਿੰਨੇ ਕੁ ਪਾਣੀ ਦੇ ਵਿੱਚ ਹੈ ਕਿੰਨਾ ਕਿੰਨਾ ਨੇ ਮਿਹਨਤਾਂ ਕੀਤੀਆਂ ਉਹ ਕਿੰਨਾ ਕਿੰਨਾ ਨੇ 14-15 ਚੇ ਇਹ ਤੇ ਗੱਲਾਂ ਬਾਤਾਂ ਜਿਹੜੀਆਂ ਆਹ ਸਮੇਂ ਤੇ ਢੁੱਕਦੀਆਂ ਵੀ ਸਮਾਂ ਜਿਹਾ ਪਲਵਾਨ ਤੇਰਾ ਪਲਵਾਨ ਕੋਈ ਕਿੰਨੇ ਸੋਚਾਂ ਤੇ ਵਿਚਾਰਾਂ ਦੇ ਵਿੱਚ ਦੋ ਤਿੰਨ ਬੇਲਦਾਰ ਹੁਣ ਐਨਰਜੀ ਡਰਿੰਕ ਦੇ ਨੇੜੇ ਹੋ ਰਹਿ ਜਾਂਦੇ ਆ ਜਾਂ ਉਹ ਸਾਹਮਣੇ ਖੇਡ ਦੇ ਗਰਾਊਂਡ ਦੇ ਵਿੱਚ ਮੈਚ ਕਹਿੰਦੇ ਚੋਟੀ ਦਾ 12-12 ਦੇ ਟੱਕਰ ਕਹਿੰਦੇ ਵੱਡੀ ਆ ਆਹ ਮੁੰਡੇ ਆਪਾਂ ਕਹਿ ਲਈਏ ਚੋਟੀ ਦਾ 15-15 ਪੁਆਇੰਟ ਆ ਦੋਨੋਂ ਟੀਮਾਂ ਦੇ 15 ਨੰਬਰੀ ਮਰੈੜੀ ਦੇ ਔਰ 15 ਨੰਬਰੀ ਜਿਹੜੇ ਉਧਰਲੇ ਪਾਸੇ ਦਲਪ੍ਰੀ ਦੇ ਗਿੱਲ ਕੈਨੇਡਾ ਕਲੱਬ ਘਲੋਟ ਵਾਲੇ ਮੁੰਡਿਆਂ ਦੇ ਆ 15-15 ਦੀ ਬਰਾਬਰੀ ਦੇ ਮੁਕਾਬਲਾ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਵੀ ਜਿਹਨੂੰ ਸੱਚੇ ਵੱਲੋਂ ਕਰੀਏ ਪਿਆਰ ਉਹਨੂੰ ਕਦੇ ਧੋਖੇ ਵਿੱਚ ਨੀ ਰੱਖੀ ਸੱਚਣਾ ਵੀ ਕਦੇ ਸਾਧੂ ਨੂੰ ਮੰਦਾ ਬੋਲੀਏ ਨਾ ਪਛਤਾਉਣਾ ਪੈ ਜਾਂਦਾ ਫਿਰ ਰੱਬ ਛੱਪੜ ਫੜ ਕੇ ਦਿੱਤਾ ਚੌਂਟੀ ਦਾ ਚੱਲੀ ਜਾਂਦਾ ਜਾਗੇ ਦਾਨੇ ਵਾਲੇ ਵੀਰੇ ਬਹੁਤ ਵਧੀਆ ਜੀ ਚੌਂਟੀ ਦਾ ਉੱਧਰ ਚੱਲੀ ਜਾਂਦਾ ਵੀਰੇ ਕੁਆਟਰ ਮੈਚ ਬਾਬੇ ਕੌੜੇ ਨਾਲ ਮਾਰ ਕੇ ਲੈ ਜਾਂਦਾ ਸਾਊਂਡ ਵਾਲੇ ਵੀਰ ਦੀ ਮੈਂ ਬੇਨਤੀ ਕਰਦਾ ਮੈਂ ਵੀ ਸਾਊਂਡ ਵਾਲੇ ਵੀਰ ਬਕਸੇ ਤੇਰੇ ਖੜ ਗਏ ਕੱਲੀਆਂ ਜੂਤਾਂ ਪਈਆਂ ਕੰਮ ਮੇਰਾ ਵੀਰ ਬਣ ਕੇ ਹੁਣ ਤੇ ਥੋੜਾ ਕੀ ਕੰਮ ਰਹਿ ਗਿਆ ਮੇਰਾ ਵੀਰ ਬਣ ਕੇ ਜ਼ਰੂਰ ਚਾਲੂ ਕਰ ਦੇ ਸਾਊਂਡ ਵਾਲੇ ਵੀਰ ਨੂੰ ਮੈਂ ਬੇਨਤੀ ਕਰਦਾ ਜੀ ਬਕਸੇ ਬੰਦ ਹੈ ਪਤਾ ਨਹੀਂ ਕਿਸੇ ਨੇ ਤਾਰਾਂ ਤੋੜ ਲਾਤੀਆਂ ਮੇਰਾ ਵੀਰ ਦੇਖ ਕੇ ਜਾਓ ਜੀ ਦੱਸ ਫਿਰ ਤਾਂ ਬਾਬਾ ਬਹੁਤ ਖਤਮ ਹੈਗਾ ਇਹ ਪਤਾ ਵਾ ਲਾਉਣਾ ਕਿ ਚੇਂਜ ਕਰਨੀ ਹੈ ਦੱਸ ਪਿੰਡ 17 ਦਾ ਮੈਰੇ ਇੱਧਰ 17 ਦਾ ਜਿਹੜੀ ਵੀ ਟੀਮ ਦੇ ਖਾਤੇ ਵਿੱਚ ਨੰਬਰ ਪਹਿਲਾਂ 16 ਜੁੜ ਗਿਆ ਤੇ ਹੌਸਲਾ ਜਿਹੜਾ ਬੁਲੰਦ ਹੋ ਜਾਊਗਾ ਮੇਰੇ ਮਿੱਤਰੋ ਵੀ ਜੇ ਜਿਗਰ ਹੈ ਨੀ ਤਾਂ ਕੀ ਕਰਨੇ ਜਿਹੜੇ ਲਾਉਂਦੇ ਆ ਰੱਟੇ ਤੇ ਕਾਗਜ਼ ਵੀ ਲਿਖ ਕੇ ਫਾੜਨਾ ਪੈਂਦਾ ਏ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਏ ਕਰਨਾ ਹੋਵੇ ਤੇ ਮਨ ਨੂੰ ਮਾਰਨਾ ਪੈਂਦਾ ਨੰਬਰ ਲਾਸਟ ਹੈ ਜੀ ਨਜ਼ਰ ਲੱਗਦਾ 12 ਨੰਬਰ ਬਾਬਾ ਲੁਧਾਣਾ ਦੀ ਟੀਮ ਦੇ ਹੁਣ 13ਵੇਂ ਤੋਂ ਨੰਬਰ ਹੈ ਔਰ 14ਵਾਂ ਕੌਣ ਜੋੜਦਾ ਹੈ ਔਰ ਨਾਲ ਹੀ ਇੱਧਰ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਨੇ ਕ੍ਰਿਸ਼ਨ ਲਾਲ ਜੀ ਉਹਨਾਂ ਦੇ ਵੱਲੋਂ ਚਾਰੇ ਟੀਮਾਂ ਜਿਹੜੀਆਂ ਖੇਡ ਰਹੀਆਂ ਵੀਰੇ ਇਹਨਾਂ ਚਾਰੇ ਟੀਮਾਂ ਦੇ ਲਈ ਇੱਕ ਇੱਕ 100 ਦਾ ਵੱਡਾ ਮਾਣ ਆਇਆ ਹੈ ਚਲੋ ਧੰਨਵਾਦ ਮੈਂ ਕਰਾਂਗਾ ਸਾਡੇ ਬਾਅਦ ਸਤਿਕਾਰ ਦੇ ਯੋਗ ਨੇ ਕ੍ਰਿਸ਼ਨ ਲਾਲ ਜੀ ਹੈ ਇੱਧਰ ਗਰਾਊਂਡ ਨੰਬਰ 2 ਦੀਆਂ ਵੀ ਦੋਨੋਂ ਟੀਮਾਂ ਦੇ ਲਈ ਇੱਕ ਇੱਕ 100 ਔਰ ਗਰਾਊਂਡ ਨੰਬਰ 3 ਦੀਆਂ ਵੀ ਦੋਨੋਂ ਟੀਮਾਂ ਦੇ ਲਈ ਹੈ ਇੱਕ ਇੱਕ 100 ਦੇ ਵੱਡੇ ਮਾਣ ਪਿਆਰ ਜਿਹੜੇ ਆਏ ਹੈ ਮੈਂ ਵਿਸ਼ੇ ਕਰ ਦੇ ਧੰਨਵਾਦ ਕਰਾਂਗਾ ਲਓ ਨੰਬਰ ਲਾਸਟ ਹੈ ਵੀ ਜਿੱਤਾਂ ਹਾਰਾਂ ਦੇ ਨਾ ਫੈਸਲੇ ਅਧੂਰੇ ਰਹਿਣਗੇ ਹੋ ਕੁਆਟਰ ਫਾਈਨਲ ਮੈਚ ਮੇਰੇ ਮਿੱਤਰ ਵੀ ਪਟਾਕੇ ਪੂਰੇ ਪੈਣਗੇ ਖੜੱਪੇ ਸੱਪ ਗਈ ਵੀ ਇਧਰਲੇ ਪਾਸੇ ਅੰਗਰੇਜ਼ ਮਰਦੈਡੀ ਜਿੱਤ ਗਿਆ ਵੀਰੇ ਨਾਗਰੇ ਵਾਲਾ ਜਾਦੂਗਰ ਸੈਮੀ ਚ ਪਹੁੰਚ ਗਿਆ ਜੀ ਟੀਮ ਦਾ ਵੀ ਕੋਈ ਇੱਕ ਖਿਡਾਰੀ ਹੈ ਦੂਜਾ ਲਾਈਵ ਵਾਲੀਬਾਲ ਸ਼ੂਟਿੰਗ ਹਰਿਆਣਾ ਲੋਟ ਦੀ ਟੀਮ ਭਾਈ ਜੀ ਬੁੱਲੀ ਨਾਲੀ ਉੱਧਰ ਬਹੁਤ ਵੱਡਾ ਧੰਨਵਾਦ ਕਰਦੇ ਆ 100 ਰੁਪਿਆ ਸ਼ੂਟਿੰਗ ਵਾਲੀਬਾਲ ਲਾਈਵ